Assalamualaikum. Waalaikumsalam. Hal e bira. Allah ka shukr hai mujhe bira. Ha. Tay ta kam az kam 8 9 mahine laali tan Karachi jara. Ke karaye jive aaj gharan de nidham miwen jo ramna pae gi hai dekhan hun chutti mangi ma. Unna kol saheb kol mai ka hun mai itne mahine thal te chad gi ka. Thal te chad gi jara bahut. Ha. E ghar u ka ye ba ghanti te raabta honda baaki ta he ka na 8 10 diyan di chutti ghidi ma. Changa. ਤੇ ਵਾਤ ਵੈਸੋ ਕਿ ਕਰੇ ਸੂਈ ਇਹ ਘਰ ਦੇ ਪਿੱਛੋਂ ਨਿਕਤੇ ਵਦੇ ਹਾਂ ਤੇ ਹੇ ਬੇਲੀ ਬਹੁ ਵਦੀ ਕਮਾਲ ਆ ਉਤੇ ਬਹੁ ਵਦੀ ਕਮਾਲ 8 9 ਮਹੀਨੇ ਭਿਰਾ ਉਹ ਵੀ ਪਾਕਿਸਤਾਨ ਦੇ ਵਿੱਚ ਨਾ ਚਲੋ ਬੰਦਾ ਬਹਿਰ ਵੈਂਦਾ ਤਾਂ ਉਹ ਤਾਂ ਬਈ ਗੱਲ ਹੈ ਕਿਰਾਜੀ ਦੇ ਵੀ 8 9 ਮਹੀਨੇ ਬਹੁ ਵਦੀ ਅਸਲ ਨਹੀਂ ਲਾਲਾ ਹੁਣ ਘਰ ਦਿਸਦੇ ਘਰ ਦਿਸਦੇ ਜੇ ਤੂੰ ਘਰ ਦੇ ਪਿੱਛੋਂ ਪਰਦੇ ਸਨ ਘਰ ਕੁਝ ਛੋੜੀ ਪਾਏ ਤੇ ਇਸੇ ਬਾਲਾਂ ਦੇ ਪਿੱਛੋਂ ਬਿਲਕੁਲ ਛੋੜੀ ਪਾਏ ਬਈ ਕਹਿੰਦੇ ਕੋਲ ਹੱਥ ਨਾ ਫਲਾਵੇਂ ਕਹਿੰਦੇ ਬੂਹੇ ਤੇ ਨਾ ਵੰਜੇ ਬਿਲਕੁਲ ਤੇ ਜਿਹੜਾ ਕਮਾ ਨੇ ਖਾਨੇ ਸਾਡੇ ਜਿੰਦੇ ਚਾਸ ਚਾਵੇਂ ਵਾ ਕੱਲ ਅੱਲਾ ਪਾਕ ਦੇ ਯਾਰ ਨਕਰ ਵਾਲੇ ਤੇ ਇਥੇ ਕੋੜ ਜੀ ਵੀ ਟੀਟਾ ਕੱਢੇ ਦੇ ਨਹੀਂ ਫਿਰਾ ਹਾਂ ਅੱਲਾ ਦੇਂਦਾ ਪੀਏ ਤੇ ਵਾ ਕੀ ਦੇ ਠੀਕ ਚਲੋ ਅੱਲਾ ਪਾਕ ਠੀਕ ਆਮੀਨ ਆਮੀਨ ਮਿਹਰਬਾਨੀ ਬਲਾਲਾ ਉਸ਼ ਥੱਕ ਗਏ ਬਾਬਾ ਪੀਏ ਬੈ ਤੂੰ ਹਾਂ ਚੰਗੇ ਖੈਰੇ ਪੀਆ ਬਾਬਾ ਖੈਰੇ ਕਾ ਠੀਕ ਠਾਕ ਠੀਕ ਠਾਕ ਆ ਬੈ ਬੈ ਹਾਂ ਚੰਗਾ ਹੈ ਨਾ ਉਹ ਕਾ ਠੀਕ ਬਾਬਾ ਸਾਹਿਬ ਉਹ ਕਫਾਦ ਕਿਲਾ ਖੈਰੇ ਹਾਂ ਅੱਜ ਬਾਹਰ ਬੈਠੇ ਚੌਂਕ ਤੇ ਹੈ ਹਾਂ ਹਾਂ ਰੁਕ ਨਿਕਲੇ ਬੜੀ ਮੁਦਤ ਬਾਅਦ ਤੇ ਬਾਅਦ ਝਲਾਵਣ ਬੈਠੇ ਆ ਬੀਆ ਸੁਣਾ ਬਾਬਾ ਖੈਰੇ ਉਹ ਕਾ ਠੀਕ ਠਾਕ ਅਲਹਮਦੁਲਿਲਾ ਚੰਗਾ ਗੁਜ਼ਰੇ ਚੰਗਾ ਗੁਜ਼ਰੇ ਮੈਂ ਤਾਂ ਕਾਲ ਦੀਆਂ ਤੇਰੇ ਕਾਲਾਂ ਕਰੇਂਦਾ ਖਣਾ ਕਾਲ ਨਾ ਚਾਹੁੰਦਾ ਕਿ ਮੈਂ ਗੱਲ ਕਰਾਈ ਕਾਲ ਬਸ ਕਈ ਸੈਲੈਂਡ ਚਲਾਇਮ ਛੁੱਟੀ ਆਈਫੋਨ ਜਿਹੜਾ ਤੈ ਕੋ ਕਾਲ ਤੇ ਆਖਾਂ ਬਈ ਮੋਬਾਈਲ ਲਾ ਕਰ ਹਾਂ ਮੋਬਾਈਲ ਮੋਬਾਈਲ ਆਈਫੋਨ ਉਹ ਕੀ ਰਹੁੰਦੇ ਆਈਫੋਨ ਜਿਹੜੇ ਤੇ ਸੇਬ ਛਾਪਾ ਵਦਾ ਹੁੰਦਾ ਹਾਂ ਹਾਂ ਉਹ ਸੇ ਹਾਂ ਹਾਂ ਉਹ ਮੋਬਾਈਲ ਮੇਰਾ ਪੁੱਤਰ ਤੈ ਕੋ ਪਤਾ ਹੈ ਮੈਂ ਉੱਥਾ ਕੀ ਮੇਰਾਂਦਾ ਪੀਆਂ ਬਾਬਾ ਜੀਵੀਂ ਗੁਜ਼ਾਰੀਆਂ ਨਹੀਂ ਮੇਰੇ ਯੱਕੇ ਸੰਗਤਿਆਂ ਦੇ ਮੋਬਾਈਲ ਨੇ ਯੱਕਾਂ ਦੇ ਵਨ ਟੂ ਆਲ ਸਿਰਫ ਮੈਂ ਬੰਦੇ ਦੇ ਮੋਬਾਈਲ ਕੋ ਨਹੀਂ ਮੈਂ ਦਿਹਾੜੀਆਂ ਕਰ ਦੋ ਸਾਲ ਠੀਕ ਗਏ ਤੂੰ ਆਦਾ ਪੀਆਂ ਅੱਜਣੇ ਸਾ ਮੋਬਾਈਲ ਤੇ ਕਾਲ ਲੈ ਸਾ ਕਿਹੜੀ ਦਿਹਾੜੋ ਸੀ ਜੇ ਤੂੰ ਮੋਬਾਈਲ ਲੈਣੇ ਸੀ ਨਹੀਂ ਮੈਂ ਦਿਹਾੜੀਆਂ ਕਰ ਕਰ ਦਿਹਾੜੀਆਂ ਨਾਲ ਮੈਂ ਕੋਈ ਮਸਲੇ ਹੀ ਕੋਈ ਨਹੀਂ ਤੂੰ ਜਿਹੜਾ ਕੰਮ ਹੀ ਕਰੇ ਨਾ ਕਮ ਸੇ ਕਮ ਤੂੰ ਮੇਰਾ ਮੋਬਾਈਲ ਤਾਂ ਗਿਨਾ ਤੂੰ ਹਰ ਸਾਲ ਜੇ ਲਿਆਣੇ ਹਾਂ ਮੈਂ ਤੇਰਾ ਮੋਬਾਈਲ ਗਿੱਦਿਆ ਨਾ ਮੈਂ ਤੇਰਾ ਕਿਹੜੇ ਦਿਹਾੜੇ ਸੀ ਮੇਰਾ ਖਾਨ ਗੱਲ ਸੁਣ ਮੈਂ ਉਤਾ ਦਿਹਾੜੀਆਂ ਕਰੇ ਨਾ ਇੱਕ ਟਾਈਮ ਰੋਟੀ ਖਾਣਾ ਵੀ ਆ ਟਾਈਮ ਦੀ ਬਚਾਈ ਨਾ ਜੋ ਤੁਹਾਡੀ ਕਾਸ਼ੇ ਹੋਵੇ ਤੂੰ ਆਜ਼ਾਦ ਵਧਾਏ ਤੈਨੂੰ ਔਰ ਕੈਸੇ ਦੀ ਟੈਨਸ਼ਨ ਨੇ ਦੇਵਾਂ ਦੀ ਟੈਨਸ਼ਨ ਹੈ ਨਹੀਂ ਆ ਮੋਬਾਈਲ ਅਲ ਜੇਰੀ ਝਾ ਤੇ ਵਾਂ ਸੰਗਤੀ ਆ ਦੇਨ ਮੋਬਾਈਲ ਤੇਰਾ ਕੋਨੀ ਮੋਬਾਈਲ ਤੇਰਾ ਜਿੱਥਾਂ ਅੱਜ ਕੱਲ ਚੌਂਕ ਤੇ ਵਾਂ ਹਰ ਬੰਦਾ ਹੀ ਲੱਗਾ ਬੈਠੇ ਹਰ ਬੰਦਾ ਮੈਂ ਵਾਂ ਕੇ ਤੇ ਵਖਰੀ ਖੋਡੀ ਚ ਵਾੜ ਕੇ ਬੈਠੀ ਨਾ ਹਰ ਬੰਦਾ ਲੈਂਦਾ ਨਹੀਂ ਮੇਰਾ ਪੁੱਤਰ ਮੈਂ ਪਤਾ ਕੀਤਾ ਉਹ ਬਹੁ ਮੰਗਾ ਹੈ ਹੁਣ ਮੈਂ ਕੋ ਵੇਚਾ ਤੇ ਉਹ ਆਈਫੋਨ ਗਿਨ ਬਾਕੀ ਤੈ ਕੋ ਘਿੰਸੀ ਕੌਣ ਮੈਂ ਕੋ ਤੂੰ ਇਹ ਦਾ ਤੈ ਕੋ ਜੇ ਵੇਚਾ ਤੈ ਕੋ ਘਿੰਸੀ ਕੇ ਪਰ ਮੈਂ ਆਇਆ ਸਕੂਨ ਕਣ ਪੁੱਤਰਾ ਹੈ ਤੂੰ ਕਦਰਾ ਮੇਰੇ ਬਾਰੇ ਸੋਚਿਆ ਬਾਬਾ ਨਹੀਂ ਤੇ ਮੈਂ ਤੇਰੇ ਬਾਰੇ 2 ਸਾਲ ਇੰਤਜ਼ਾਰ ਕੀਤਾ ਮੈਂ ਜੋ ਮੋਬਾਈਲ ਇਸ ਛੁੱਟੀ ਤੇ ਬਾਬਾ ਨੇ ਸੀ ਤੈ ਕਿਹੜਾ ਕੰਮ ਕੀਤਾ ਮੋਬਾਈਲ ਹੁਣਾਂ ਦੇ ਹੁਣ ਤੂੰ ਮੈਂ ਕੋ ਪਿਛਲੇ ਦਰਦ ਸਮਝਾਣਾ ਮੈਂ ਕੋ ਤੇਰੀ ਗੱਲ ਦੀ ਨਹੀਂ ਸਮਝਾਂਦੀ ਠੀਕ ਹੈ ਮੈਂ ਕੋਲ ਨਹੀਂ ਆ ਥਿੰਦਾ ਆਈਫੋਨ ਤੇ ਨਾ ਥਿੰਦੇ ਨਹੀਂ ਮੋਬਾਈਲ ਬਾ ਠੀਕ ਹੈ ਤੂੰ ਮੋਬਾਈਲ ਨਾ ਗਿੰਦੇ ਮੈਂ ਹੁਣ ਘਰ ਛੋੜ ਕੇ ਵੈਂਦਾ ਪੀਏ ਮੈਂ ਕੋ ਮਾਫ ਕਰ ਮੈਂ ਵੈਂਦਾ ਪੀਆ ਮੈਂ ਤੇਰੇ ਬਾਰ ਸਰ ਨਾ ਆਂਦਾ ਬਾ ਠੀਕ ਹੈ ਵਾਹ ਇਹ ਅੱਜ ਕੱਲ ਦੀ ਔਲਾਦ ਹੈ ਮੋਬਾਈਲ ਗਿੰਦੇ ठीक है नहीं तो घर छोड़े ने छोड़ो घर दो साल ठीक है पियो को आधा वदा मोबाइल घिंदे मैं कुछ बंदे दी समझ नहीं आंदी यके संगतियां ने मारे मोबाइल हैं लगदा था मैं फाना भरा जी मैंने बैठा हुए अस्सलाम वालेकुम इरफान भरा वालेकुम सलाम सुना हो गया सब ठीक ठाक तू आज मैं को लगदा है मैं परेशान बैठे हैं बहुत परेशान है ओका तू हाल न पूछ तू की मैं भाड़ा बस
ਆਇ ਤੇ ਤੇਰੇ ਪਿਓ ਆਇਆ ਵਦਾਈ ਹਾਂ ਯਾਰ ਪਿਓ ਬੱਲਾ ਆਂਦਾ ਬਾਕੇ ਪੁੱਛਦਾ ਯਾਰ ਪਿਓ ਮੈਂ ਕੋ ਤਾਂ ਇਸ ਬੰਦੇ ਦੀ ਸਿੱਧੀ ਗੱਲ ਸਮਝ ਨਹੀਂ ਆਂਦੀ 2 ਸਾਲ ਥੀ ਗਏ ਨੇ ਪਿਓ ਕੋ ਆਦਾ ਮੋਬਾਈਲ ਘਿਨ ਕਿਆ ਡੇਰ ਲੈ ਹੋਵੇ ਬਾਏ ਛੁੱਟੀ ਤੇ ਆਂਦਾ ਪਿਆ ਤੇਰਾ ਖਿੱਦੀ ਆਸਾ ਕਿ ਮੈਂ ਕੋ ਇਸ ਬੰਦੇ ਦੀ ਸਮਝ ਨਹੀਂ ਆਈ ਯੱਕੇ ਸੰਗਤੀ ਇਰਫਾਨ ਬਿਰਾ ਚੌਂਕ ਤੇ ਵੈਨਾ ਬਾਨੇ ਨੇ ਯੱਕੇ ਇਹ ਮੋਬਾਈਲ ਤੇ ਹੀ ਲੱਗੇ ਪਏ ਮੈਂ ਦੇ ਨਾਲ ਅਲਹੰਦਾ ਕੋਈ ਨਹੀਂ ਨਾ ਮੋਬਾਈਲਾਂ ਦੀ ਵਜ੍ਹਾ ਤੋਂ ਤੂੰ ਮੈਂ ਪਿਓ ਕੋ ਆਖ ਆਖ ਥੱਕਾ ਖਾਣਾ ਜੋ ਬਾਈ ਘਿੰਦੇ ਪਿਓ ਆਖਾ ਮੈਂ ਆਂਦਾ ਪੀਆਂ ਖਿੱਦੀਆਂ ਨਾ ਇਸ ਛੁੱਟੀ ਤੇ ਆਇਆ ਮੋਬਾਈਲ ਉਸ ਨਹੀਂ ਆਂਦਾ ਯਾਰ ਨਰਮਾਨ ਤਾਂ ਲੱਗਦਾ ਮੋਬਾਈਲ ਦੇ ਪਿੱਛੇ ਜਿਹੜਾ ਕੀਤੀ ਬੈਠਾ ਹਾਂ ਤੇ ਮੋਬਾਈਲ ਦੇ ਪਿੱਛੇ ਕਰਨਾ ਵੀ ਆ ਕੈਸੇ ਦੇ ਪਿੱਛੇ ਜਿਹੜਾ ਕਰਨਾ ਯਾਰ ਇਹ ਗੱਲ ਤਾਂ ਠੀਕ ਨਹੀਂ ਯਾਰ ਉਹ ਕਿਹਦਾ ਔਖਾ ਨਾ ਮਜ਼ਦੂਰੀ ਕਰਿੰਦਾ ਫਾਨਾ ਬਿਰਾ ਅੱਗੇ ਤਾਂ ਮੈਂ ਯਾਰ ਤਾਂ ਕੋਈ ਇਤਨਾ ਪਰੇਸ਼ਾਨ ਕਦਾ ਹੀ ਨਹੀਂ ਦਿੱਤਾ ਜਿਹੜਾ ਤੂੰ ਅੱਜ ਪਰੇਸ਼ਾਨ ਬੈਠੇ ਅਰੇ ਬਿਰਾ ਕੋ ਪੁੱਛ ਨਹੀਂ ਯਾਰ ਮੇਰਾ ਪਿਓ ਫੌਤ ਥੀ ਗਿਆ 2 ਮਹੀਨੇ ਥੀ ਗਏ ਤੇ ਯਾਰ ਸਾਰੀ ਤਕਲੀਫ ਮੈਂ ਤੇ ਆ ਗਈ ਹੈ ਮੇਰੀਆਂ ਭੈਣੀਆਂ ਘਰ ਲਾ ਸਾਰਾ ਹਿਸਾਬ ਕਿਤਾਬ ਯਾਰ ਮੈਂ ਤੇ ਬੋਝ ਆ ਗਈ ਇਸ ਵਜ੍ਹਾ ਕੋਲ ਯਾਰ ਮੈਂ ਬਹੁਤ ਪਰੇਸ਼ਾਨ ਹਾਂ ਪਿਓ ਵਾਲੀਆਂ ਜਿਹੜੀਆਂ ਬਰਕਤਾਂ ਤੇ ਸ਼ਾਨ ਹੈ ਇਨਾ ਉਹ ਤਾਂ ਕੋ ਮੈਂ ਕੋ ਹੋਰ ਯਾਦ ਆਉਣੀਆਂ ਪਈਆਂ ਬਹੁ ਮੈਂ ਮਿਸਾਲ ਮਜਬੂਰ ਤੇ ਹੁਣ ਹਲਾਕ ਕਹਿੰਦਾ ਪਈਆਂ ਪਿਓ ਨਾਲ ਕਾਸ਼ੇ ਨਹੀਂ ਰਲਦੀ ਤੇ ਤੂੰ ਮਿਸਾਲ ਪਿਓ ਤੇ ਨਾਰਾਜ਼ ਵਧਾ ਪਿਓ ਵਾਂਗੂ ਸ਼ਾਨ ਤੇ ਪਿਓ ਵਾਂਗੂ ਤੈਨੂੰ ਕੋ ਕਾਸ਼ੇ ਨਹੀਂ ਲੱਭਸੀ ਮੈਂ ਤਾਂ ਪਿਓ ਨਾਲ ਸਿੱਧੀ ਗੱਲ ਆ ਇਹ ਝੇੜਾ ਕਰਕੇ ਮੇਤ ਨਹੀਂ ਇਹ ਬਹੁ ਗਲਤ ਗੱਲ ਕੀਤੀ ਜਿਹੜੇ ਲਈ ਪਿਓ ਮਾਰਵੇਂ ਪਿੱਛੇ ਯਾਦ ਆਉਂਦੀ ਬਾਈ ਪਿਓ ਕਿਹੜੀ ਸ਼ਾਇ ਮੈਂ ਤਾਂ ਅਦੇ ਇਵੇਂ ਕਰੂੰ ਤੇ ਕੋ ਮੈਂ ਪਿਓ ਕੋਲ ਖਿੰਨ ਵਾਂਗੂ ਉਹਦੇ ਕੋਲ ਮਾਫੀ ਮੰਗ ਚਾ ਤੇ ਮਨੇਵਾ ਕਰ ਚਾ ਪਿਓ ਵਾਂਗੂ ਕਾਸ਼ੇ ਇਸੇ ਵਕਤ ਹੁਣ ਮੈਂ ਆਦਾ ਕਾਸ਼ ਜੋ ਮੇਰਾ ਪਿਓ ਹੋਵਿਆ ਹੁਣ ਮੈਂ ਕੋ ਯਾਦ ਆਉਂਦੀ ਪਈ ਬਾਈ ਪਿਓ ਦੀਆਂ ਕਿਹੜੀਆਂ ਵਾਲੀਆਂ ਸ਼ਾਨ ਹੋਣੀਆਂ ਮੈਂ ਤਾਂ ਇਵੇਂ ਗੱਲ ਕਰੇ ਸਾਂ ਮੇਰੀ ਗੱਲ ਮੰਨ ਤੇ ਪਿਓ ਕੋਲ ਮਾਫੀ ਮੰਗ ਚਾ ਉਹ ਕਿਹੜੀ ਔਖਾਂ ਦਾ ਕੰਮ ਆਉਂਦਾ ਮਜ਼ਦੂਰੀ ਕਰਿੰਦਾ ਤਕਲੀਫ ਕਰਿੰਦਾ ਗਿਨ ਆਉਂਦਾ ਤੇ ਤੈਂ ਕੋ ਮਿਸਾਲ ਇਹੋ ਕਹਿੰਦੇ ਤੂੰ ਦੇ ਨਾਲ ਝੇੜਾ ਨਾ ਕਰ ਆਹ ਮੈਂ ਤਾਂ ਜਿੱਲੂ ਹਾਂ ਤੇ ਪਿਓ ਕੋਲ ਮਾਫੀ ਮੰਗ ਚਾ ਇਹ ਗੱਲ ਤਾਂ ਮੈਂ ਹਾਂ ਨਾ ਯਾਰ ਇਹ ਤਾਂ ਤੈਂ ਕੋ ਮੈਂ ਗੱਲ ਆਦਾ ਨਾ ਸ਼ੁਕਰ ਅੱਲਾ ਨਾ ਕਰੇ ਯਾਰ ਤੇਰਾ ਪਿਓ ਮਰ ਵਣੀ ਪਿੱਛੇ ਤੈਂ ਕੋ ਯਾਦ ਆਸੀ ਅੱਲਾ ਕਹਿ ਕਹਿ ਕੋ ਦੇਂਦਾ ਪਤਾ ਹੀ ਆ ਇਹ ਗੱਲ ਜਿਹੜੀ ਤੈਂ ਦੱਸੀ ਇਹ ਤਾਂ ਮੈਂ ਸੋਚੀ ਨਾ ਆਈ